ਵਧਾ ਕੇ ਘੱਟੋ ਘੱਟ ਨਹੀਂ ਤੇ ਡਬਲ ਤੋਂ ਵੀ ਵੱਧ ਕਰਦੇ 10 ਰੁਪਏ 9 ਰੁਪਏ ਯੂਨਿਟ ਹੋ ਗਿਆ ਔਰ ਵੱਡੀ ਗੱਲ ਇਹ ਹੈ ਕਿ ਜੇ ਕਿਸਾਨੀ ਬਚੂ ਤੇ ਪੰਜਾਬ ਦੀ ਇਕਨੋਮੀ ਚੱਲੂ ਝੋਨਾ ਕਣਕ ਦੋ ਵੱਡੀਆਂ ਰੋਟੇਸ਼ਨਲ ਫਸਲਾਂ ਨੇ 80% ਲੋਕ ਇਹਦੇ ਨਾਲ ਸਿੱਧੇ ਸਿੱਧੇ ਤੌਰ ਤੇ ਇਹਨਾਂ ਫਸਲਾਂ ਤੇ ਨਿਰਭਰ ਸਿੰਪਲ ਪਲੈਨਿੰਗ ਕਿ ਮੋਟਰਾਂ ਦੀ ਬੰਬੀਆਂ ਦੀ ਬੱਤੀ 8 ਘੰਟੇ ਆਵੇ ਘਰਾਂ ਨੂੰ 24 ਘੰਟੇ ਬੱਤੀ ਮਿਲੇ ਔਰ ਇਹ ਪਲੈਨਿੰਗ ਬਾਦਲ ਸਾਹਿਬ ਨੇ ਕੀਤੀ ਸੀ ਜਦੋਂ 2002-07 ਤੱਕ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਉਦੋਂ ਵੀ ਇਹਨਾਂ ਨੇ ਹਾਲਾਤ ਇਹੀ ਪੈਦਾ ਕੀਤੇ ਸੀ ਕਿ ਪਾਵਰ ਸ਼ੋਰਟੇਜ ਹੋ ਗਈ ਸੀ ਬੜੀ ਵੱਡੀ 10 ਸਾਲ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇਹਨੂੰ ਠੀਕ ਕੀਤਾ ਪਾਵਰ ਸਰਪਲਸ ਸੂਬਾ ਬਣਾਇਆ ਆਹ 4.5 ਸਾਲਾਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਉਹ ਹਾਲਾਤ ਪੈਦਾ ਕਰਤੇ ਆ ਕਿ 1500 ਮੈਗਾਵਾਟ ਦੀ ਤਾਂ ਇਸ ਸਾਲ ਘਾਟ ਆ ਗਈ ਆ ਮਤਲਬ ਕਿ ਇੱਕ ਯੂਨਿਟ ਲਾਇਆ ਨਹੀਂ ਨਵਾਂ ਬੱਤੀ ਦਾ ਹਰ ਸਾਲ ਡਿਮਾਂਡ ਵਧਣੀ ਹੈ ਡਿਮਾਂਡ ਵਧੂਗੀ ਮਗਰ ਇਹਨਾਂ ਕੋਲ ਉਹ ਦੇਣ ਦੀ ਸ਼ਮਤਾ ਨਹੀਂ ਹੈ ਇਹ ਇਲਜ਼ਾਮ ਫੋਕੇ ਨੇ ਉਹ ਬਿਜਲੀ ਘਰਾਂ ਕਰਕੇ ਅੱਜ ਇਹਨਾਂ ਕੋਲ ਕੁਛ ਬੱਤੀ ਹੈ ਇਕੱਲਾ 1500 ਦੀ ਘਾਟ ਹੈ ਜੇ ਉਹ ਬਿਜਲੀ ਘਰ ਕੱਢ ਦਿਓ ਬਾਹਰ ਤੇ 5000 ਮੈਗਾਵਾਟ ਦੀ ਅੱਜ ਘਾਟ ਹੋ ਜੂਗੀ ਇਸ ਲਈ ਇਹ ਝੂਠ ਬੋਲਣਾ ਬੰਦ ਕਰਨ ਜੋ 8 ਘੰਟੇ ਬਾਦਲ ਸਾਹਿਬ ਵੇਲੇ 24 ਘੰਟੇ ਬਿਜਲੀ ਪਿੰਡਾਂ ਤੱਕ ਪਿੰਡਾਂ ਦੇ ਬਾਹਰ ਜਿਹੜੇ ਡੇਰੇ ਨੇ ਢਾਣੀਆਂ ਕਹਿ ਦਿੰਦੇ ਡੇਰੇ ਕਹਿ ਦਿੰਦੇ ਬੈਂਕਾਂ ਕਹਿ ਦਿੰਦੇ ਉੱਥੇ ਤੱਕ ਲੱਖਾਂ ਨਵੇਂ ਟਿਊਬਵੈੱਲ ਦੇ ਕਲੈਕਸ਼ਨ ਦਿੱਤੇ ਗਏ ਕਿਸਾਨਾਂ ਨੂੰ 8 ਘੰਟੇ ਬੱਤੀ ਦੀ ਸਪਲਾਈ ਦਿੱਤੀ ਗਈ ਔਰ ਮੈਨੂੰ ਕਹਿਣਾ ਨਹੀਂ ਚਾਹੀਦਾ ਮਗਰ ਬੱਤੀ ਜੇ ਕੋਈ ਗਰੀਬ ਬੰਦਾ ਬਿੱਲ ਨਹੀਂ ਪੇ ਕਰ ਸਕਦਾ ਸੀ ਤਾਂ ਕੁੰਡੀ ਕਾਂਡੀ ਵੀ ਲਾ ਦੇ ਭਾਵੇਂ ਮੈਂ ਨਹੀਂ ਸਮਝਦਾ ਉਹ ਲਾਉਣੀ ਚਾਹੀਦੀ ਮਗਰ ਕਹਿਣ ਦਾ ਭਾਵ ਕਿ ਬਿਜਲੀ ਬੈਕਬੋਨ ਸੀ ਖੇਤੀ ਬੈਕਬੋਨ ਹੈ ਇਕਨੋਮੀ ਦਾ ਕਦੇ ਘਾਟ ਨਹੀਂ ਆਉਣ ਦਿੱਤੀ ਆ ਅੱਜ ਤਾਂ ਚਾਹੁੰਦਾ ਪੰਜਾਬ ਕਿ ਬਿਜਲੀ ਆਵੇ ਕੈਪਟਨ ਭਜਾਓ ਬਿਜਲੀ ਲਿਆਓ ਹੁਣ ਤਾਂ ਨਾਰਾ ਇਹ ਲੱਗੂ ਲੱਗਦਾ ਹਾਲ ਵੇਖ ਲਓ ਨਾ ਔਰ ਹਰ ਗੱਲ 'ਚ ਠੱਗੀ ਅੱਜ ਮੈਨੂੰ ਪਤਾ ਲੱਗਿਆ ਕਾਂਗਰਸੀ ਧਰਨਾ ਦਿੰਦੇ ਫਿਰਦੇ ਆ ਮੈਂ ਤੁਹਾਨੂੰ ਇੱਕ ਮੋਟਾ ਫਿਗਰ ਦੱਸ ਦਿਆਂ ਕਿ ਡੀਜ਼ਲ ਪੈਟਰੋਲ ਦੀ ਕੀਮਤਾਂ ਦਾ ਬਿਲਕੁਲ ਡੀਜ਼ਲ ਪੈਟਰੋਲ ਦੇ ਕੀਮਤ ਸਸਤੇ ਹੋਣੇ ਚਾਹੀਦੇ ਮਗਰ ਕੀ ਪੰਜਾਬ ਦੇ ਲੋਕਾਂ ਨੂੰ ਪਤਾ ਕਿ 10,000 ਕਰੋੜ ਵੈਟ ਦੀ ਕਲੈਕਸ਼ਨ 'ਚੋਂ ਪੰਜਾਬ ਸਰਕਾਰ ਕਮਾਈ ਕਰ ਰਹੀ ਹੈ ਲੋਕਾਂ ਦੇ ਸਿਰ 'ਤੇ ਔਰ ਨਹੀਂ ਮੇਰੀ ਪਹਿਲਾਂ ਵੈਟ ਦੀ ਗੱਲ ਸੁਣ ਲਿਓ ਜੀ ਡੀਜ਼ਲ ਪੈਟਰੋਲ ਦੇ ਰੇਟ ਆ ਮੇਰਾ ਕਾਗਜ਼ ਲੈ ਲਓ ਡੀਜ਼ਲ ਪੈਟਰੋਲ ਦੇ ਰੇਟ ਇੱਕ ਤਾਂ ਸੈਂਟਰ ਸਰਕਾਰ ਤੈਅ ਕਰਦੀ ਆ ਇੱਕ ਟੈਕਸ ਉਹ ਲਾਉਂਦੀ ਆ ਉਹਦੇ ਉੱਤੋਂ ਵੈਟ ਪੰਜਾਬ ਸਰਕਾਰ ਲਾਉਂਦੀ ਔਰ ਸਾਲਾਨਾ ਇਹਦੇ ਤੋਂ 8 ਤੋਂ 10,000 ਕਰੋੜ ਜਿਵੇਂ ਜਿਵੇਂ ਰੇਟ ਵੱਧਦਾ ਇਹਨਾਂ ਨੂੰ ਕਮਾਈ ਵੱਧਦੀ ਆ ਕੀ ਪੰਜਾਬ ਦੀ ਕਾਂਗਰਸ ਨੇ ਰਾਹੁਲ ਗਾਂਧੀ ਰੌਲਾ ਪਾਉਂਦੇ ਕੀ ਇਹਨਾਂ ਨੇ ਰਹਿਤ ਕੋਈ ਦਿੱਤੀ ਹੈ ਤਾਂ ਖੁਸ਼ ਹੁੰਦੇ ਅੰਦਰ ਬੈਠੇ ਔਰ ਲਾ ਹਾਲ ਇਹ ਕਰਤਾ ਜੋ ਅੰਦਰ ਖਾਤੇ ਬਿਜਲੀ ਦੇ ਆਲਾ ਅਫਸਰ ਦੱਸ ਰਹੇ ਹੈ ਕਿ ਇਹਨਾਂ ਨੇ ਜਾਣ ਬੁੱਝ ਕੇ ਕੋਈ ਪਲੈਨਿੰਗ ਨਹੀਂ ਕੀਤੀ ਇਸ ਲਈ ਨਹੀਂ ਕੀਤੀ ਕਿਉਂਕਿ ਐਗਰੀਕਲਚਰ ਸਬਸਿਡਾਈਜ਼ਡ ਹੈ ਜੇ ਬਿਜਲੀ ਖਰੀਦੇ ਤਾਂ ਲੋਕਾਂ ਨੂੰ ਦੇਣੀ ਪੈਂਦੀ ਸਬਸਿਡੀ ਬਚਾਉਣ ਲਈ ਕਿ ਸਾਡਾ ਸਰਕਾਰ ਦਾ ਸਬਸਿਡੀ ਬਿੱਲ ਘਟੇ ਉਹ ਬਚਾਉਣ ਲਈ ਲੋਕਾਂ ਨੂੰ ਮਾਰ ਛੱਡਿਆ ਜੀ ਔਰ ਦੂਜੇ ਪਾਸੇ ਜਾਣ ਬੁੱਝ ਕੇ ਇਸ ਕੰਮ ਨੂੰ ਕੀਤਾ ਕਿ ਡੀਜ਼ਲ ਦੀ ਖਪਤ ਵਧੇ ਡੀਜ਼ਲ ਦੀ ਖਪਤ ਵਧੂਗੀ ਅਤੇ ਇਹਨਾਂ ਨੂੰ ਵੈਟ ਦੀ ਕਲੈਕਸ਼ਨ ਵਧੂਗੀ ਮਤਲਬ ਸਿਰਫ ਤੇ ਸਿਰਫ ਖਜ਼ਾਨਾ ਮੰਤਰੀ ਆਪਣੇ ਖਜ਼ਾਨੇ ਭਰਨ ਲਈ ਵੇਖ ਰਹੇ ਲੋਕਾਂ ਦੇ ਦਰਦ ਨੂੰ ਮਹਿਸੂਸ ਨਹੀਂ ਕਰ ਰਹੇ ਆਰਡਰ ਕੱਢਤੇ ਕਿ 2 ਦਿਨ ਆ ਫੈਕਟਰੀਆਂ ਬੰਦ ਰਹਿਣਗੀਆਂ ਫੈਕਟਰੀਆਂ ਤਾਂ ਅੱਗੇ 2 ਸਾਲ ਬੰਦ ਰਹੀਆਂ ਨੇ ਲੋਕ ਤਾਂ ਆਪਦੀਆਂ ਕਿਸ਼ਤਾਂ ਨਹੀਂ ਮੋੜ ਪਾ ਰਹੇ ਮਸਾਂ ਕੰਮ ਠੀਕ ਹੋ ਰਿਹਾ ਸੀ ਪਹਿਲਾ ਸੂਬਾ ਦੇਸ਼ 'ਚ ਜਿਹਨੇ ਆਰਡਰ ਕਹਿਤੇ ਕਿ ਫੈਕਟਰੀਆਂ ਬੰਦ ਕਰ ਦਿਉ ਸਰਕਾਰੀ ਦਫ਼ਤਰ 2 ਵਜੇ ਤੱਕ ਉਸ ਤੋਂ ਬਾਅਦ ਬੰਦ ਕਰ ਦਿਉ ਇਹ ਤਾਂ ਛੱਡ ਕੇ ਭੱਜ ਗਏ ਐਮਰਜੈਂਸੀ ਲੱਗ ਗਈ ਆ ਪੰਜਾਬ 'ਚ ਤਾਂ ਇੱਕ ਤਰੀਕੇ ਦੇ ਕੈਪਟਨ ਸਾਹਿਬ ਨੇ ਕਿਹਾ ਸੀ ਵਾਈਟ ਪੇਪਰ ਲੈ ਕੇ ਆਵਾਂਗੇ ਵਿਧਾਨ ਸਭਾ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਵਾਅਦਾ ਕੀਤਾ ਸੀਗਾ ਕਿ ਪਾਵਰ ਪਲਾਂਟ ਜਿਹੜੇ ਨੇ ਦੇਖਿਆ ਜਾਏਗਾ ਉਲੀਕਿਆ ਜਾਏਗਾ ਤੇ ਅੱਜ ਤੱਕ ਵਾਈਟ ਪੇਪਰ ਨਹੀਂ ਆ ਸਕਿਆ ਤਪਨ ਜੀ ਤੁਸੀਂ ਕਨਫਿਊਜ਼ ਨਾ ਹੋ ਪਲੀਜ਼ ਕਾਂਗਰਸ ਤਾਂ ਬਹੁਤ ਕੁਝ ਕਹਿੰਦੀ ਹੈ ਮਗਰ ਤੁਸੀਂ ਸਿਆਣੇ ਹੋ ਬਿਜਲੀ ਦੀ ਘਾਟ ਦੀ ਗੱਲ ਹੈ ਲੋਕ ਸੜਕਾਂ ਤੇ ਬੈਠੇ ਆ ਔਰ ਉਹਦੇ 2 ਕਾਰਨ ਨੇ ਬਿਜਲੀ ਨਹੀਂ ਮਿਲਣੀ ਪਾਵਰ ਕੱਟ ਲੱਗਣੇ
जे ये प्लांट ना होंगे तो पावर कट तो अज 1500 मैगावाट की घाट है 5000 से पहुँच जानी सी। इसलिए ये कला भंबल भूसा पाउण दा काम करते हैं, इधर उधर की गल करते हैं, इन्होंने आप तो हालात पैदा करते हैं पंजाब दे। और रिलाइज करो की है श्रोमणी अकाली दल गुंडा टैक्स के खिलाफ, इलीगल माइनिंग के खिलाफ, खजाने की लुट दे जो हो रही है, इस तरह एन जी टी की जिहड़ियां गाइडलाइन दी धज्जियां उड़ाइया जा रही ने, जिन्हें मर्जी परचे दे दें साड़ी घेराबंदी जारी रहेगी। और इस परचे ने एक गल साबित करती, पंचायत ने शिकायत दिती है कि साड़ी पंचायती जमीन तो माइनिंग हो रही है जिहड़ी हो नहीं सकती, उत्ते कोई कार्रवाई नहीं। ट्रक वाले ड्राइवर कह रहे कि गुंडा टैक्स वसूला जा रहा, उत्ते कोई कार्रवाई नहीं। एन जी टी नैशनल ग्रीन ट्रिब्यूनल की गाइडलाइन धज्जियां उड़ाइया जा रही, उत्ते कोई कार्रवाई नहीं। मगर जेड़ा जाके एदा पर्दा पास करे उत्ते परचा, एदा मतलब की है कि गुंडा टैक्स इलीगल माइनिंग नू सरप्रस्ती। सानू तो यह भुलेखा सी कल्ला MLA कांग्रेस का दे रहा, कांग्रेस का MLA नहीं मुख्यमंत्री ते DGP तक सरप्रस्ती है, क्योंकि परचा एप्लीकेशन DGP को गई और DGP ने इसते कहा कि कार्रवाई करो। असी स्वागत करते हैं, धन्यवाद करते हैं, वधाई दिने हैं कि सच लोगों के सामने आ गया कि इलीगल माइनिंग करने वाले करिंदे शहर च थले जिले च बैठे आ। आका इन्हां दे पंजाब सैकटरीएट, पंजाब सैकटरीएट दिल्ली AICC उत्थे तक इन्हां दी पहुँच है, नहीं तो चौधरी अर्गे जम्मू तो जाओ चंडेल जिहड़ा इन्हां दा चांडक या चंडेल की कहिंदे जिहड़ा इन्हां दा कांग्रेस का मेयर है, और कांग्रेस के MLA च इन्नी हिम्मत ही नहीं होनी सी। इसलिए एक परचे की जगह 100 परचे दवे साड़ी तैयारी है। आम आदमी पार्टी भी धरना देने जा रही है बिजली के मुद्दे के लेके। देखो मैनू इस गल की तसली है कि सानू वेख के वह भी AC कमरे चो निकल आउंदे बाहर, आम आदमी पार्टी। कल तो विठी साहब रेत महंगा करता इन्होंने, 5-7 रुपए ट्राली महंगी करती के सुखबीर बादल दे रेड करन तो बाद खड्डा बंद हो गया है। देखो ये खड्डा बंद होनिया चाहीदियां सी पहला, इलीगल खड्ड चलाउणी, आम बंदा सधारण बंदा रेत लैन जाए तो उत्ते परचा है, जिहड़ा गुंडा टैक्स दवे, जिहड़ा पुलिस की सरप्रस्ती हेठ काम चले उन्हूं हरी झंडी है। क्यों? क्योंकि वह पैसे कलैक्ट करके थानेदार तो लैके DGP तक, मुख्यमंत्री तक, सोनिया गांधी राहुल गांधी तक पैसा जा रहा। और यह गल पर्दाफाश DGP के आर्डर तो हो गई है। साड़ी की शिकायत सी, लोगों ने वीडियो चलाई, वीडियो की चढ़ी कि इलीगल माइनिंग हो रही है, पंचायत की जमीन च हो रही है, गलत नंबर दिते गए, पटवारी तस्दीक कर रहा, गुंडा टैक्स लिया जा रहा, और सारे पंजाब नूं पता है, उत्ते कार्रवाई कोई नहीं। तो इन दे कार्रवाई छड्डे ते असी स्वागत करते सब कुछ करांगे। मनिंदर जी अज तो बिजली का कर लो, थोड़े मैं लगता थोड़े बिल कितने आ रहे कि नहीं आ रहे, थोड़ा थोनू तो आप पाना चाहिए रौला। मजे की गल वेखो कल दी, लोगों नू ता कहता कि हुण आपदे AC बंद कर दिओ, कैप्टन साहब की तस्वीर आई कि सारे जेड़े शहर आले, देखो शहर आले मैनू लगता कल सारे जेड़े लीडर ने इन्हां दे वो इसलिए गए सी तोहफा की लैके आए, तोहफा ये लैके आए कि शहर की हुण फैक्ट्रियां बंद कर दिओ। फैक्ट्रियां वाले मालिक कित्थे रहिंदे, शहरां च रहिंदे, छिन्निया फैक्ट्रिया ने, मतलब कल मार किनू पई, शहर की मीटिंग होवे शहरी की, तो मार सब तो पहला इंडस्ट्री नू पई, विकास नू पई। और पहली बारी होया किसे स्टेट लोग चलाउंदे चाहुंदे कि इकोनमी चले, पंजाब सरकार चलाउंदी इकोनमी ठप होवे, किश्तां किवें मुड़नगियां, लोगों के आर्थिक जो हालात पैदा होए कित्थों ठीक होणगे। देखो अज ये गल भी स्पष्ट है कि जनरेटर ते इनवर्टर बादल साहब दे राज समय ये काम खत्म हो गया सी, जनरेटर की सेल खत्म हो गई सी, अज ये जनरेटर की इनवर्टर की सेल कांग्रेस की सरकार की कारगुजारी करके अज शुरू हो गए 9 साल बाद, क्योंकि एक यूनिट नहीं लाया, 4.5 साल तो साढ़े सिर पर कटते, मगर ये कल्ली इस साल की घाट 1500 मैगावाट है, अगले साल 2200 होनी है,
तो अगले साल 3000 होनी है। ये करते करते अगले 2.5-3 साल 4000 मेगावाट की शॉर्टफॉल हो जानी है। पंजाब जिहड़ा पावर सरप्लस सूबा सी हुण फिर उन हालातों से खड़ा हो जूगा। तो जे बत्ती ना हुई तो इंडस्ट्री भी भज्जू, किसान भी औखे होणगे, लोग भी औखे होणगे, हर बंदा औखा होगा। आ जाओ हुण, आ जाओ इधर।